ਕਿਉਂ ਸਭ ਕਰਦੇ ਤੁਲੇ ਆ ਜਿਹੜੇ ਪਸ਼ੂ ਹੁੰਦੇ ਨੇ ਉਹਨਾਂ ਦੀ ਆਪਣੀ ਜਗ੍ਹਾ ਹੁੰਦੀ ਹੈ ਜੰਗਲ ਵੇਲੇ ਹੁੰਦੇ ਨੇ ਇਨਸਾਨਾਂ ਨਾਲ ਕੋਈ ਵਾਸਤਾ ਨਹੀਂ ਤੇ ਫਿਰ ਐਂ ਕਰੋ ਸ਼ੇਰ ਜੈਬਰੇ ਸਭ ਕੁਝ ਲਿਆ ਕੇ ਸਾਡੇ ਵਿੱਚ ਛੱਡ ਦਿਓ ਅਸੀਂ ਇਕੱਲੇ ਘੁੰਮ ਫਿਰਦੇ ਹਾਂ ਜਾਂ ਸਾਨੂੰ ਜੰਗਲਾਂ 'ਚ ਛੱਡ ਦਿਓ ਰਹਿ ਕੀ ਗਿਆ ਰਹਿ ਇਹੋ ਚੀਜ਼ਾਂ ਕਹੀਆਂ ਨੇ ਇਹ ਗੱਲ ਮੈਂ ਤੇ ਕਹਿੰਦਾ ਜਿੰਨੀਆਂ ਗਾਈਆਂ ਨੇ ਜਿੰਨੇ ਵਾਰ ਦੰਗਾਂ ਨੇ ਸਾਰੇ ਫੜ ਕੇ ਤੇ ਮੋਦੀ ਸਾਹਿਬ ਨੂੰ ਛੱਡ ਕੇ ਉਹਨਾਂ ਦੇ ਪਾਵੇ ਨਾਲ ਵੱਧ ਕੇ ਉਸ ਸੋਚਦਾ ਹੈ ਸਰਕਾਰਾਂ ਨੇ ਜਦੋਂ ਕਿਤੇ ਨੀਂਹ ਪੱਥਰ ਰੱਖਣਾ ਹੁੰਦਾ ਹੈ ਇੱਕ ਵਾਰ ਅੰਮ੍ਰਿਤਸਰ ਦੀ ਗੱਲ ਹੈ ਮਜੀਠਾ ਰੋਡ ਦੀ ਸਾਡੇ ਮੋਟਰਸਾਈਕਲ ਟੁੱਟ ਕੇ ਯੂਨੀਵਰਸਿਟੀ ਜਾਂਦਿਆਂ ਜਾਂਦਿਆਂ ਪਿਓ ਦੇ ਪੁੱਤਰ ਸੜਕ ਨਹੀਂ ਬਣਾਈ ਤੇ ਬਾਦਲ ਸਾਹਿਬ ਨੂੰ ਉਦਘਾਟਨ ਕਰਨ ਆਉਣਾ ਸੀ ਤੇ ਸਿਰਫ ਸੜਕ ਉੱਥੋਂ ਤੱਕ ਬਣਾਈ ਜਿੱਥੋਂ ਤੱਕ ਉਹਨਾਂ ਦੀਆਂ ਗੱਡੀਆਂ ਆਉਣੀਆਂ ਸੀ ਮੈਂ ਕਿਹਾ ਵਾਹ ਤੁਹਾਡੇ ਸਰਕਾਰੋਂ ਚਾਹੁੰਦੀਆਂ ਵਾਸੀਆਂ ਰਹੋ ਇੰਨਾ ਛੋਟ ਕੁਝ ਸੋਚ ਲਿਆ ਤੇ ਇੰਨੀ ਬਣਾ ਦਿੱਤੀ ਬੜੀ ਫਤਿਹ ਹੈ ਲਓ ਜੀ ਅਗਲਾ ਬੋਲ ਕੀ ਕਹਿੰਦਾ ਹੈ ਉਹ ਹੁਣ ਕੰਧ ਖਾਦੀਆਂ ਕਾਵਾਂ ਨੇ ਲਫਾਫੇ ਖਾਂਦੀਆਂ ਨੇ ਟਾਕੀਆਂ ਖਾਂਦੀਆਂ ਨੇ ਤੇ ਫਿਰ ਉਦੋਂ ਸਾਡੀ ਮਾਂ ਕਿੱਥੇ ਗਈ ਹੈ ਜਦੋਂ ਸਾਡੀ ਮਾਂ ਦਾ ਗੰਦ ਖਾਂਦੀ ਫਿਰੇ ਤੇ ਸਾਨੂੰ ਸ਼ਰਮ ਨਹੀਂ ਆਉਂਦੀ ਥੋੜਾ ਸੋਚ ਵਿਚਾਰ ਲਈਏ ਸਾਨੂੰ ਪਰਮਾਤਮਾ ਨੇ ਦਿਮਾਗ ਦਿੱਤਾ ਹੈ ਜੇ 100% ਦੇ ਵਿੱਚੋਂ 20% ਵੀ ਲੋਕਾਂ ਦੇ ਲਾ ਦਈਏ ਤੇ ਕੁਝ ਨਹੀਂ ਜਾਂਦਾ ਇੱਥੋਂ ਕੁਝ ਨਹੀਂ ਖੜਨਾ ਬਾਬੇ ਉਹ ਇੱਥੋਂ ਦਾ ਇੱਥੇ ਰਹਿ ਜਾਣਾ ਇਹ ਕੁਦਰਤ ਨੇ ਸਭ ਇੱਥੇ ਖਤਮ ਕਰਨਾ ਵੇਖ ਰਹੇ ਹੋ ਹੜਾਂ ਦੇ ਹੜ ਆ ਰਹੇ ਨੇ ਕਿਸੇ ਨੂੰ ਕਿਸੇ ਦੀ ਰਿਸਪੋਂਸਿਬਿਲਟੀ ਨਹੀਂ ਮੇਕੀ ਗੱਲ ਯਾਦ ਰੱਖਿਓ ਆਪੋ ਆਪਣੀਆਂ ਜ਼ਿੰਮੇਵਾਰੀਆਂ ਚੱਕ ਲਓ ਹਰ 5 ਸਾਲ ਨਵੇਂ ਛੱਤਰ ਨਾ ਚੁਣਿਆ ਕਰੋ ਆਪਣੀ ਮਿਹਨਤ ਕਰੋ ਤੇ ਅੱਗੇ ਵਧੋ ਜਿੱਦਾਂ ਹੜ ਛੱਡੇ ਨੇ ਇਹਨਾਂ ਨੂੰ ਹਫ਼ਤਾ ਪਹਿਲਾਂ ਅਲਰਟ ਕਰਨਾ ਚਾਹੀਦਾ ਸੀ ਸਾਰੇ ਏਰੀਏ ਨੂੰ ਕਿ ਅਸੀਂ ਹੜ ਛੱਡਣ ਜਾ ਰਹੇ ਹਾਂ ਇਲਾਕਾ ਖਾਲੀ ਕਰ ਦਿਓ ਪਰ ਨਹੀਂ ਕਿਸੇ ਨੂੰ ਕੋਈ ਰਿਸਪੋਂਸਿਬਿਲਟੀ ਇਹ ਦੁਨੀਆ ਖਤਮ ਹੋਣ ਦੀ ਹੈ ਇਹ ਪ੍ਰਿਥਵੀ ਖਤਮ ਹੋ ਰਹੀ ਹੈ ਜਿਨ੍ਹਾਂ ਕੋਲ ਪੈਸਾ ਹੈ 1000 ਕਰੋੜਾਂ ਰੁਪਈਏ ਹੈ ਉਹ ਕੋਈ ਮੰਗਲ ਤੇ ਜਾ ਰਿਹਾ ਕੋਈ ਚੰਨ ਤੇ ਜਾ ਰਿਹਾ ਅਸੀਂ ਇੱਥੇ ਰਹਿਣਾ ਹੈ ਕਿਸੇ ਨੇ ਨਹੀਂ ਸਾਨੂੰ ਖੜਨਾ ਸੋ ਇਸ ਕਰਕੇ ਆਪਾਂ ਇਹਨੂੰ ਬਚਾਉਣਾ ਹੈ ਐਮਾਜ਼ੋਨ ਦੇ ਜੰਗਲਾਂ ਨੂੰ ਅੱਗ ਲੱਗ ਗਈ ਧਰਤੀ ਦੀ 50% ਆਕਸੀਜਨ ਐਮਾਜ਼ੋਨ ਦੇ ਜੰਗਲਾਂ ਤੋਂ ਆਉਂਦੀ ਹੈ ਇਹ ਜਿਹੜੀ ਇਨਵਾਇਰਮੈਂਟ ਹੈ ਇਹ ਦੁਨੀਆ ਖਤਮ ਹੋ ਰਹੀ ਹੈ ਪ੍ਰਿਥਵੀ ਕੁਝ ਅਸੀਂ ਆਪ ਕਰ ਰਹੇ ਹਾਂ ਕੁਝ ਕੁਦਰਤ ਕਰ ਰਹੀ ਹੈ ਕਿਉਂਕਿ ਸਦੀਆਂ ਕਰੋੜਾਂ ਅਰਬਾਂ ਸਾਲ ਪਹਿਲਾਂ ਕਦੀ ਗਲੇਸ਼ੀਅਰ ਨਹੀਂ ਪਿਘਲੇ ਸੀ ਹੁਣ ਗਲੇਸ਼ੀਅਰ ਪਿਘਲ ਰਹੇ ਨੇ ਸਾਡਾ ਅੰਤ ਨੇੜੇ ਹੈ ਜਿੰਨਾ ਹੋ ਸਕਦਾ ਹੈ ਅਸੀਂ ਬੂਟੇ ਲਾਈਏ ਜਿੰਨਾ ਹੋ ਸਕਦਾ ਹੈ ਆਪਣੇ ਆਪ ਨੂੰ ਸਾਂਭ ਲਈਏ ਜਿੰਨਾ ਹੋ ਸਕਦਾ ਆਪਣੀ ਪੰਜਾਬੀ ਮਾਂ ਬੋਲੀ ਨੂੰ ਸਾਂਭ ਲਈਏ ਕਿਸੇ ਕਲਾਕਾਰ ਨੇ ਕਿਸੇ ਮੰਤਰੀ ਨੇ ਸਾਨੂੰ ਕੱਖ ਨਹੀਂ ਦੇਣਾ ਨਾ ਸ਼ਰਾਬਾਂ ਪੀ ਕੇ ਆਪਣੀ ਜ਼ਿੰਦਗੀ ਗਾਲੋ ਨਾ ਸਨੈਕਾਂ ਪੀ ਕੇ ਆਪਣੀ ਜ਼ਿੰਦਗੀ ਗਾਲੋ ਮੈਂ ਹੱਥ ਜੋੜਦਾ ਆਪਣੇ ਆਪ ਨੂੰ ਸਾਂਭ ਲਓ ਜਿਉਂਦੇ ਵਾਸਤੇ ਠੀਕ ਹੈ